हेलो दोस्तों, थोड़ा साडे चैनल दे विच फिर तो एक बार बहुत बहुत स्वागत है। अज असी थोड़े लिए एक नवी वीडियो लैके आए हैं। ये वीडियो फिर एजुकेशनल दे तौर पर बेस है। असी थोनू कहा है जे कोई भी वीडियो एजुकेशनल तौर पर आऊगी असी थोड़े मूहरे रखांगे, थोड़े मूहरे लैके आवांगे। साडे चैनल दिनों दिन वध रहे है, साडे नाल तुसी जुड़ रहे हो, इसलिए थोड़ा बहुत बहुत धन्यवाद। हाँ जी, साडे नाल जुड़ते रहो तो कमेंट करते रहो। जे कोई थोनू वीडियो चाहिए, कोई टॉपिक चाहिए, असी थोनू देवांगे। अज की अहम खबर यह है कि सिक्ख्या सकत्र कृष्ण कुमार ने यह प्रगटावा किया कि पढ़ो पंजाब ते खेडो पंजाब नीति नू जल्दी ही पंजाब दे विच लागू कर दिता जाएगा। ये नीति है कि ये असी हुण तुहानू दसन जा रहे हैं, पढ़ो पंजाब खेडो पंजाब। पंजाब दे सरकारी स्कूलों विच सिक्ख्या दा म्यार उसारू बनाउण लई पढ़ो पंजाब नीति नू आदर्श ते समर्पित अध्यापकों की मेहनत सदका सफल ਹੋਈ ਹੈ। ਇਹ ਗੱਲ ਵੀ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਹੀ ਹੈ। ਇਸ ਗੱਲ ਦਾ ਪ੍ਰਗਟਾਵਾ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਨੇ ਵਿਸ਼ੇਸ਼ ਬੈਠਕ ਦੌਰਾਨ ਕੀਤਾ। ਉਹਨਾਂ ਦੱਸਿਆ ਕਿ ਖੇਡ ਮਾਹਰਾਂ ਅਨੁਸਾਰ ਪੰਜਾਬ ਵਿੱਚ ਖੇਡ ਨੀਤੀ ਬਣਾਈ ਜਾ ਰਹੀ ਹੈ। ਇਸ ਤਹਿਤ ਮੁਕਾਬਲੇ ਵਾਲੀ ਖੇਡਾਂ ਦਾ ਅਭਿਆਸ ਸਰੀਰਕ ਸਿੱਖਿਆ ਅਧਿਆਪਕ ਸਵੇਰ ਜਾਂ ਸ਼ਾਮ 2 ਘੰਟੇ ਕਰਵਾਉਣਗੇ, ਜਦਕਿ ਮਨੋਰੰਜਕ ਖੇਡਾਂ ਨੂੰ ਪੜ੍ਹੋ ਪੰਜਾਬ ਨਾਲ ਜੋੜ ਕੇ ਪੜ੍ਹਾਈ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਜਦੋਂ ਤੱਕ ਕਿਸੇ ਵੀ ਸਕੂਲ ਦਾ ਸਾਰਾ ਸਟਾਫ ਸਿਹਤ ਪੱਖੋਂ ਚੇਤਨ ਨਹੀਂ ਹੁੰਦਾ, ਉਦੋਂ ਤੱਕ ਸਕੂਲ ਵਿੱਚ ਖੇਡ ਸੱਭਿਆਚਾਰਕ ਸਥਾਪਿਤ ਨਹੀਂ ਹੋ ਸਕਦਾ। ਇਸ ਲਈ ਹਰ ਅਧਿਆਪਕ ਦੀ ਸਾਲਾਨਾ ਰਿਪੋਰਟ ਵਿੱਚ ਵੀ ਉਸਦੇ ਫਿਜ਼ੀਕਲ ਟੈਸਟ ਮੁਤਾਬਕ ਅੰਕ ਦਰਜ ਹੋਣਗੇ। ਉਹਨਾਂ ਕਿਹਾ ਕਿ ਸਕੂਲ ਵਿੱਚ ਅਧਿਆਪਕ ਖੁਸ਼ ਅਤੇ ਤੰਦਰੁਸਤ ਰਹਿ ਕੇ ਆਪਣੇ ਕਿੱਤੇ ਨੂੰ ਸਮਰਪਿਤ ਭਾਵਨਾ ਨਾਲ ਹੀ ਸਿੱਖਿਆ ਦਾ ਵਾਤਾਵਰਣ ਸਿਰਜ ਸਕਦੇ ਹਨ। ਇਸ ਲਈ ਪਿਛਲੇ ਸਾਲਾਂ ਵਿੱਚ ਅਧਿਆਪਕਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਰੋਕਣ ਲਈ ਬਹੁਤੇ ਕਾਰਜ DDO ਪੱਧਰ 'ਤੇ ਕਰ ਦਿੱਤੇ ਗਏ ਹਨ ਅਤੇ ਭਵਿੱਖ ਵਿੱਚ ਹੋਰ ਵੀ ਉਸਾਰੂ ਕਦਮ ਚੁੱਕੇ ਜਾ ਰਹੇ ਹਨ ਜੋ ਅਧਿਆਪਕਾਂ ਦਾ ਮਨੋਬਲ ਉੱਚਾ ਚੁੱਕਣਗੇ। ਇਸ ਸੰਬੰਧ ਵਿਸਥਾਰ ਵਿੱਚ ਜਾਂਦਿਆਂ ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਹਿੱਤਾਂ ਲਈ ਸਿੱਖਿਆ ਦਾ ਵਾਤਾਵਰਣ ਉਸਾਰੂ ਬਣਾਉਣ ਲਈ ਹਰ ਅਧਿਆਪਕ ਅਤੇ ਯੂਨੀਅਨ ਦੇ ਵਿਚਾਰ ਲਾਏ ਅਤੇ ਲਾਗੂ ਵੀ ਕੀਤੇ ਜਾਣਗੇ। ਇਸ ਲਈ ਹਰ ਅਧਿਆਪਕ ਆਪਦੇ ਵਿਚਾਰ ਦੇਵੇ ਜੋ ਕਿ ਉਹ ਲਾਗੂ ਕਰਨ ਦੇ ਵਿੱਚ ਉਹ ਵਾਅਦਾ ਕਰ ਰਹੇ ਹੈ। ਇਸ ਲਈ ਅਸੀਂ ਤੁਹਾਡੇ ਲਈ ਹੋਰ ਵੀਡੀਓ ਵੀ ਲੈ ਕੇ ਆਵਾਂਗੇ। ਸਾਡੇ ਨਾਲ ਬਣੇ ਰਹੋ, ਸਬਸਕ੍ਰਾਈਬ ਕਰੋ, ਇਹ ਵੀਡੀਓ ਨੂੰ ਖਾਸ ਕਰਕੇ ਸ਼ੇਅਰ ਕਰੋ ਤਾਂ ਜੋ ਅਧਿਆਪਕ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਤੱਕ ਇਹ ਵੀਡੀਓ ਪਹੁੰਚੇ। ਬਹੁਤ ਬਹੁਤ ਧੰਨਵਾਦ।